ਮਾਸ਼ਾਅੱਲਾ ਤੁਹਾਡਾ ਮੂਵੀ ਕੇ ਲੱਗਦਾ ਜਿਵੇਂ 1918 ਦਾ ਘੜਿਆਲ ਹੁੰਦਾ। 500 ਰੁਪਏ ਚ ਮੈਂ ਕਾਸ਼ਿਫ ਜ਼ਮੀਰ ਕਿੰਨੇ ਵੀ ਤਿਆਰ ਕੀਤੇ ਨੇ, ਵੱਡੇ ਸਿਰ ਸਰਦਾਰਾਂ ਦੇ ਤੇ ਲੰਮੇ ਪੈਰ ਗਵਾਰਾਂ ਦੀ। ਨਾ ਹੀ ਦੱਸ ਦਿਓ, ਇੱਥੇ ਮੈਨੂੰ ਸਾਰੇ ਵਿੱਕੀ ਬਾਬੂ ਕਹਿੰਦੇ ਨੇ। ਲੋ ਮੈਨੂੰ ਕਹਿੰਦੇ ਨੇ ਟਿੱਕੀ ਬਾਬੂ। ਰੱਜ ਕੇ ਖਾਓ ਰੋਟੀ, ਭਾਵੇਂ ਹੋਟਲ ਹੋਵੇ ਜਾਂ ਢਾਬਾ, ਹੱਸਣ ਲਈ ਹੋ ਜਾਓ ਤਿਆਰ, ਕਿਉਂ ਜੀ ਆ ਗਿਆ ਤੁਹਾਡਾ ਜਾਨੂ ਬਾਬਾ। ਪਾਕਿਸਤਾਨ ਦਾ ਇੱਕ ਬੜਾ ਮਸ਼ਹੂਰ ਟਿਕਟੋਕ ਸਟਾਰ ਕਾਸ਼ਿਫ ਜ਼ਮੀਰ, ਜਿਹਨੇ ਹੱਥ ਵਿੱਚ ਸ਼ੇਰ ਫੜਿਆ ਤੇ ਗਲ ਵਿੱਚ 9 ਕਿਲੋ ਦਾ ਸੋਨਾ ਪਾਇਆ। ਹਜ਼ੂਰ, ਉਹ ਮੈਂ ਕਿਹਾ ਉਰਤੁਗਲ ਗਾਜ਼ੀ ਦੇ ਕਰੈਕਟਰ ਨੂੰ, ਉਹਨਾਂ ਦੇ ਤੁਰਕੀ ਦੇ ਹੀਰੋ ਨੂੰ ਪਾਕਿਸਤਾਨ 'ਚ ਲੈ ਕੇ ਆਇਆ ਅਤੇ ਉਹਨੂੰ ਦੇਣਾ ਸੀ ਚੈੱਕ 9 ਕਰੋੜ ਦਾ। ਉਹਨੂੰ ਚੈੱਕ ਚੁੱਕ ਵੀ ਕੋਈ ਨਹੀਂ ਮਿਲਿਆ ਤੇ ਮੈਂ ਕਿਹਾ ਸਾਰੇ ਲਾਰੇ ਲੱਪ 'ਚ ਗੱਲ ਹੋ ਗਈ। ਯਾਰ ਐਸਾ ਮਤ ਕਿਆ ਕਰੋ ਯਾਰ, ਬੁਰਾ ਲੱਗਦਾ ਹੈ ਭਾਈ। ਹੁਣ ਜਨਾਬ ਉਹਨਾਂ ਨੇ ਇਹਨੂੰ ਅਰੈਸਟ ਕਰ ਲਿਆ ਤੇ ਇਸ ਵੇਲੇ ਪੁਲਿਸ ਦੀ ਹਿਰਾਸਤ ਵਿੱਚ। ਤੇ ਆਓ ਲੋਕਾਂ ਕੋਲੋਂ ਪੁੱਛਦੇ ਹਾਂ ਕਿ ਇਸ ਕਾਸ਼ਿਫ ਜ਼ਮੀਰ ਸਾਹਿਬ ਦੇ ਬਾਰੇ 'ਚ ਲੋਕ ਕੀ ਕਹਿੰਦੇ ਨੇ, ਤੇ ਫਿਰ ਆਓ ਜਾਨੂ ਬਾਬਾ ਦੇ ਨਾਲ। ਨੌਜਵਾਨ ਕੀ ਕਹਿੰਦਾ? ਬਿਲਕੁਲ ਜੀ, ਉਹਨੇ ਬਹੁਤ ਗਲਤ ਕੀਤਾ ਹੈ। ਇਹ ਤਾਂ ਅਸੀਂ ਸਲਾਮ ਪੇਸ਼ ਕਰਨੇ ਹਾਂ ਇੰਗਨ ਉਲਤਾਨ ਸਾਹਿਬ ਨੂੰ ਕਿ ਉਹਨਾਂ ਨੇ ਕੋਈ ਮੁਕੱਦਮਾ ਦਰਜ ਨਹੀਂ ਕੀਤਾ। ਜਿਹੜਾ ਉਹਨੂੰ ਸੋਨਾ ਪਾਇਆ ਸੀ ਉਹਦੇ ਬਾਰੇ 'ਚ ਕੀ ਕਹਿੰਦੇ ਜੇ? ਜਾਨੀ ਉਹ ਸੋਨਾ ਤਾਂ ਹੈਗਾ, ਸੋਨਾ ਨਹੀਂ ਸੀ ਹੋਏਗਾ ਤੇ ਸਿਲਵਰ ਸੀ। ਉਹਨੇ ਆਲਮੀ ਰਿਕਾਰਡ ਯਾਫਤਾ ਅੰਗੂਠੀਆਂ ਲੈ ਕੇ ਤੇ ਉਹਨੂੰ ਸਿਲਵਰ ਪਵਾਤਾ। ਰੀਅਲੀ? ਤੇ ਜਿਹੜਾ ਉਹਨੂੰ ਚੈੱਕ ਦਿੱਤਾ ਉਹ ਵੀ 2 ਨੰਬਰ ਸੀ। ਤੇ ਜਿਹੜਾ ਉਹਦੇ ਘਰ 'ਚ ਮੈਂ ਕਿਹਾ ਸ਼ੇਰ ਏ, ਉਹਦੀ ਖੱਲ ਲਾ ਕੇ ਵੇਖਣਾ ਥੱਲੋਂ ਕੁੱਤਾ ਨਿਕਲਣਾ। ਲੋਕੋ ਤੂੰ ਮੁਹਰ ਉਨਾ ਪੈਰ ਉਨਾ ਦਿਆਬਲਾ ਮੇਰਾ ਕੋਮੋ ਮੇ ਲਾਰੀ ਮੇ ਵੀ ਸੇ। ਲੋ ਮੈਂ ਕਿਹਾ ਗੌਰ ਨਾਲ ਵੇਖੋ, ਲੱਗਦਾ ਨਹੀਂ ਜਿਵੇਂ ਘੁੱਗੀ ਨੂੰ ਛਰਲਾ ਵੱਜਾ ਹੋਵੇ। ਕਾਸ਼ਿਫ ਜ਼ਮੀਰ ਕੀ ਇਸ ਹਰਕਤ ਕੇ ਬਾਰੇ ਮੈਂ ਕਿਆ ਕਹਿਤੀ ਹੈ? ਪਾਕਿਸਤਾਨ ਇੱਕ ਬਹੁਤ ਅੱਛਾ ਔਰ ਇੱਕ ਰੀਜ਼ਨੇਬਲ ਕੰਟਰੀ ਹੈ, ਜਿਸਕੇ ਬਾਰੇ ਮੇਂ ਬਹੁਤ ਲੋਕੋਂ ਕੇ ਬਾਰੇ ਮੇਂ ਗਲਤ ਗੁਮਾਨ ਪੈਦਾ ਹੋ ਗਿਆ ਥਾ, ਔਰ ਅਲਹਮਦੁਲਿਲਲਾ ਕਿ ਹਮਾਰੇ ਮੁਲਕ ਕੇ ਬਾਰੇ ਮੇਂ ਦੁਬਾਰਾ ਸੇ ਇੱਕ ਬਹੁਤ ਅੱਛਾ ਕਾਨਸੈਪਟ ਸਟਾਰਟ ਹੋ ਗਿਆ ਲੋਕੋਂ ਕੇ ਦਰਮਿਆਨ ਹੋਣਾ। ਔਰ ਅਫਸੋਸ ਹੋਤਾ ਹੈ ਜਬ ਯੇ ਸਿਰਫ ਚੰਦ ਆਪਣੀ ਸ਼ੋਹਰਤ ਕੀ ਖਾਤਰ, ਸਸਤੀ ਸ਼ੋਹਰਤ ਕੀ ਖਾਤਰ ਇਸ ਤਰ੍ਹਾਂ ਕੀ ਹਰਕਤ ਕਰਤੇ ਹੈ, ਔਰ ਦੂਸਰੇ ਲੋਕੋਂ ਕੋ ਜੋ ਹੈ ਵੋ ਜਿਸ ਤਰ੍ਹਾਂ ਯੇ ਅਰਤਗੁਲ ਕੇ ਬਾਰੇ ਮੇਂ ਇਨਕਾਰ ਹੈ ਕਿ ਇਹਨਾਂ ਨੇ ਉਸਕੋ ਜਾਲੀ ਚੈੱਕ ਦੀ ਹੈ, ਅਗਰ ਇਤਨਾ ਹੀ ਥਾ ਤੋ ਯੇ ਆਪਣਾ ਸੋਨਾ ਡੋਨੇਟ ਕਰ ਦੇਤੇ ਕਹੀਂ ਪੇ, ਤੋ ਇਸ ਲਈ ਖੁਦਾ ਕਾ ਵਾਸਤਾ ਹੈ ਕਿ ਆਪਣੇ ਮੁਲਕ ਕੀ ਇੱਜ਼ਤ ਕੋ ਵਕਾਰ ਕੋ ਬੜਾਏ। ਕਾਸ਼ਿਫ ਜ਼ਮੀਰ ਦੇ ਬਾਰੇ ਚ ਇਹ ਕੀ ਕਹਿੰਦੇ ਨੇ? ਕਾਸ਼ਿਫ ਜ਼ਮੀਨ ਨੇ ਬਿਲਕੁਲ ਗਲਤ ਕੀਆ ਅਰਤਗੁਲ ਕੇ ਸਾਥ, ਵੋ ਪਾਕਿਸਤਾਨ ਮੇਂ ਆਇਆ ਥਾ ਬਜਾਏ ਉਸਕੋ ਇੱਜ਼ਤ ਦੇਨੇ ਕੇ, ਬਜਾਏ ਉਹਨੇ ਜਾਲੀ ਚੈੱਕ ਦੀ ਹੈ ਉਸਕੋ। ਕਾਸ਼ਿਫ ਜ਼ਮੀਰ ਕੋ ਐਸਾ ਨਹੀਂ ਕਰਨਾ ਚਾਹੀਏ ਥਾ। ਤੇ ਤੁਸੀਂ ਤੇ ਇੱਕ ਨੰਬਰ ਜੇ ਨਾ? ਨਹੀਂ, ਮੈਂ ਵੈ ਇੱਕ ਨੰਬਰ ਹੀ ਹਾਂ। ਇਹ ਸਾਡਾ ਉਹ ਮਿੱਤਰ ਏ ਜਦੋਂ ਦੀਵਾਰ ਬਣਾਉਣੀ ਹੁੰਦੀ ਹੈ ਅਤੇ ਉਹਦੇ ਨਾਲ ਮੈਂ ਕਿਹਾ ਇੱਕ ਰੱਸੀ ਲਾਈ ਦੀਏ, ਉਸ ਰੱਸੀ ਥੱਲੇ ਇੱਕ ਲਾਟੂ ਹੁੰਦਾ ਹੈ, ਬਿਲਕੁਲ ਉਹਦੀ ਨੁੱਕਰ ਵਰਗਾ ਦਾ ਮੂੰਹ ਹੈ। ਪਹਿਲੀ ਬਾਤ ਤਾਂ ਇਹ ਕਿ ਬਹੁਤ ਅਫਸੋਸਨਾਕ ਬਾਤ ਹੈ ਕਿ ਉਹਨਾਂ ਨੇ ਇਹ ਹਰਕਤ ਕੀ ਹੈ, ਇਹ ਜ਼ੇਬ ਨਹੀਂ ਦਿੱਤੀ ਬੀਂਗ ਏ ਪਾਕਿਸਤਾਨੀ ਕਿਸੀ ਕੋ ਕਿ ਇਹ ਵੋ ਇਸ ਤਰ੍ਹਾਂ ਕੇ ਗਲਤ ਚੈੱਕ ਦੇ, ਕਿਉਂਕਿ ਵੋ ਸਿਰਫ ਉਹ ਪਾਕਿਸਤਾਨ ਵੋ ਬੇਸਿਕਲੀ ਹਮਾਰੇ ਮੁਲਕ ਨਹੀਂ ਬਲਕਿ ਪੂਰੀ ਦੁਨੀਆ ਮੇਂ ਰਿਪ੍ਰੈਜੈਂਟ ਕਰ ਰਹਾ ਥਾ, ਵੋ ਬੰਦਾ ਜੋਨ ਸਾ ਥਾ ਜਿਸਨੇ ਵੀ ਇਹ ਫਰੋਡ ਕੀ ਹੈ। ਮੁਝੇ ਬਹੁਤ ਦੁੱਖ ਹੋਇਆ ਸੁਣ ਕੇ, ਐਸੇ ਬੰਦੇ ਕੋ ਬੇਸਿਕਲੀ ਬਹੁਤ ਅੱਛਾ ਕੀ ਇਹਨਾਂ ਨੇ ਅਰੈਸਟ ਕਰਕੇ। ਕਾਸ਼ਿਫ ਜ਼ਮੀਰ ਦੀ ਇਸ ਹਰਕਤ ਦੇ ਬਾਰੇ 'ਚ ਇਹ ਕੀ ਕਹਿੰਦਾ? ਕਾਸ਼ਿਫ ਜ਼ਮੀਰ ਦਾ ਭਾਈ ਨੇ ਹਰ ਬੰਦੇ ਹੀ 2 ਨੰਬਰ ਹੈਗਾ। ਅੱਛਾ, ਹਮਕੋ ਸਿਖਾ ਰਿਹਾ ਹੈ? 500 ਰੁਪਏ 'ਚ ਮੈਂ ਕਾਸ਼ਿਫ ਜ਼ਮੀਰ ਕਿੰਨੇ ਵੀ ਤਿਆਰ ਕੀਤੇ ਨੇ। ਲੋ ਨਾਦਰੀਨ, ਮੈਂ ਕਿਹਾ ਇਸ ਨੌਜਵਾਨ ਨੂੰ ਘੋੜਾ ਫੜਾਇਆ ਹੋਵੇ, ਕਾਸਟਿਊਮ ਪਵਾਇਆ ਹੋਵੇ ਤੇ ਅਰਤਗੁਲ ਗਾਜ਼ੀ ਲੱਗਦਾ ਨਹੀਂ। ਕਾਸ਼ਿਫ ਜ਼ਮੀਰ ਦੇ ਬਾਰੇ ਤੁਸੀਂ ਕੀ ਕਹਿੰਦੇ ਜੇ? ਸਭ ਤੋਂ ਪਹਿਲੇ ਤਾਂ ਸਰ ਜੀ, ਜਿਹੜਾ ਦੇਖੋ ਇੱਕ ਫਰੋਡ ਜਿਹੜਾ ਅਸੀਂ ਕਰਨੇ ਆ ਨਾ ਆਪਣੇ ਨਾਲ,
ਉਹ ਇੱਕ ਹੋਰ ਚੀਜ਼ ਹੈਗੀ ਹੈ, ਉਹ ਅਸੀਂ ਆਪਸ ਵਿੱਚ ਮੈਨੇਜ ਕਰ ਲਾਂਗੇ। ਇੱਕ ਜਿਹੜਾ ਤੁਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਤੁਸੀਂ ਇਹ ਫਰਾਡ ਕਰਦੇ ਹੋ ਨਾ, ਉਹਦੇ ਵਿੱਚ ਉਹ ਕਾਸ਼ਫ ਨੂੰ ਕੁਛ ਨਹੀਂ ਹੋਇਆ, ਉਹਦੇ ਵਿੱਚ ਪਾਕਿਸਤਾਨ ਦਾ ਇਮੇਜ ਡਿਸਟਰਬ ਹੋਇਆ। ਗੌਰਮੈਂਟ ਨੂੰ ਚਾਹੀਦਾ ਕਿ ਇਹਨੂੰ ਸਜ਼ਾ ਦੇਣ। ਔਰ ਨੈਕਸਟ ਜਿਹੜਾ ਨਾ ਫਾਇਤਾ ਬੀਰੂ ਯਾਉ ਲੀਲਾ ਬਸਾਰ ਇਨਕੋ ਨਿਸ਼ਾਨੇ ਇਬਰਤ ਬਣਾਇਆ। ਮਾਸ਼ਾਅੱਲਾ ਤੁਹਾਡਾ ਮੂਵੀ ਕੇ ਲੱਗਦਾ ਜਿਵੇਂ 1918 ਦਾ ਘੜਿਆਲ ਹੁੰਦਾ। ਇਹ ਕੋਈ ਆਮ ਆਦਮੀ ਨਹੀਂ ਬਲਕਿ ਇਹਦੇ 'ਤੇ ਮੈਡੀਕਲ ਦੀ ਰਿਸਰਚ ਹੋ ਰਹੀ ਹੈ ਕਿਉਂਕਿ ਪੈਂਡਿਕਸ ਦੀ ਨਾੜ ਹੈ। ਤੁਸੀਂ ਆਪਣਾ ਸੋਹਣਾ ਅਤੇ ਮਨਮੋਹਣਾ ਵਾਲੀ ਜਾਂ ਨਾ ਹੀ ਦੱਸ ਦਿਓ। ਇੱਥੇ ਮੈਨੂੰ ਸਾਰੇ ਵਿੱਕੀ ਬਾਬੂ ਕਹਿੰਦੇ ਨੇ। ਲੋ ਮੈਨੂੰ ਕਹਿੰਦੇ ਨੇ ਟਿੱਕੀ ਬਾਬੂ। ਇਸ ਹਰਕਤ ਉੱਤੇ ਕੀ ਕਹਿੰਦੇ ਨੇ ਸਰ? ਦੇਖੋ ਸਭ ਤੋਂ ਪਹਿਲੇ ਤਾਂ ਮੈਂ ਵੀ ਘਰ ਦੇਖਣਾ ਟੀਵੀ ਜਾਂ ਟਿਕਟੋਕ ਪ੍ਰੋਗਰਾਮ ਨਾ, ਜਦੋਂ ਬੱਚਿਆਂ ਦੇ ਬੱਚੇ ਬੈਠੇ ਹੁੰਦੇ ਨਾ ਤਾਂ ਮੇਰਾ ਦਿਲ ਕਰਦਾ ਕਿ ਮੈਂ LCD ਜਿਹੜੇ ਤੋੜ ਦਿਆਂ ਫੜ ਕੇ। ਅਤੇ ਜਿਹੜਾ ਕਾਸ਼ਿਫ ਜ਼ਮੀਰ ਨੇ 9 ਕਰੋੜ ਦਿੱਤਾ ਝੂਠਾ ਚੈੱਕ ਤੁਰਕੀ ਵਾਲੇ ਐਕਟਰ ਨੂੰ, ਉਹਦੇ ਬਾਰੇ ਤੁਸੀਂ ਕੀ ਕਹਿੰਦੇ? ਮੈਂ ਕਹਿੰਦਾ ਜੀ ਲਾਹੌਰ ਵਾਲਾ ਕੋਤਾ ਬਿਲਾਹੀਮ ਉਹ ਨਾਇਤ ਹੀ ਗਲਤ ਸ਼ਰਮਨਾਕ ਵਾਕਿਆ, ਸ਼ਰਮ ਆਉਂਦੀ ਹੈ ਕਹਿਣ ਲੱਗਿਆ। ਲੋ ਨਾਜ਼ਰੀਨ, ਇਹੋ ਜਿਹਾ ਪਿਆਰਾ ਜੀ ਹੁੰਦਾ ਜਿਹੜਾ ਪਹਿਲੀ ਗੱਡੀ ਤੋਂ ਘਬਰਾ ਕੇ ਅਤੇ ਦੂਜੀ ਗੱਡੀ 'ਚ ਵੱਜ ਜਾਂਦਾ। ਆਓ ਅੱਗੇ ਚੱਲੀਏ। ਇਹ ਉਨਕੇ ਮਤਲਬ ਕਿਆ ਰਾਏ ਰੱਖਤੇ ਹੈ? ਦੇਖਿਓ ਜੀ, ਪਹਿਲੀ ਤੋਂ ਬਾਤ ਇਹ ਹੈ ਕਿ ਉਸਨੇ ਸਰਸਰ ਗਲਤ ਕਾਮ ਕੀਆ, ਉਸਕੋ ਇਹ ਕਰਨਾ ਨਹੀਂ ਚਾਹੀਏ। ਔਰ ਇਹ ਦੇਖੇ ਕਿ ਜੋ ਹਮਾਰੇ ਪਾਕਿਸਤਾਨ ਕੇ ਲਈ ਇੱਕ ਬਹੁਤ ਬੜਾ ਇਹ ਦੱਬਾ ਹੈ। ਲੋ ਜਨਾਬ, ਸਾਡੇ ਸਰਗੋਧੇ ਦੇ ਉਹ ਸੱਜਣ ਨੇ ਜਿਹੜੇ ਟਰੱਕ ਦੇ ਉੱਤੇ ਮੈਂ ਕਿਹਾ ਲੇਲੇ ਲੋਡ ਕਰਕੇ ਲਾਹੌਰ ਭੇਜਦੇ ਨੇ, ਸਵੇਰੇ ਉੱਠ ਕੇ ਮੈਂ ਕਿਹਾ 5 ਦਹੀਂ ਦੇ ਕੁੰਡੇ ਖਾ ਜਾਂਦੇ ਨੇ, 16 ਲੈਗ ਪੀਸ ਫੜਕਾ ਦਿੰਦੇ ਨੇ। 13 ਭਾਜਨ 13 ਜੀ, ਬਿਲਕੁਲ ਸਹੀ ਕਿਹਾ, ਵੱਡੇ ਸਿਰ ਸਰਦਾਰਾਂ ਦੇ ਤੇ ਲੰਮੇ ਪੈਰ ਗਵਾਰਾਂ ਦੀ। ਸਾਡੇ ਨਾਲ ਇੱਕ ਯੰਗ ਮੈਨ ਮੌਜੂਦ ਹੈ, ਇਹਨਾਂ ਕੋਲੋਂ ਪੁੱਛਣੇ ਆ ਕਿ ਉਹ ਕਾਸ਼ਿਫ ਜ਼ਮੀਰ ਦੇ ਬਾਰੇ ਕੀ ਕਹਿੰਦੇ ਨੇ। ਸਰ, ਕਾਸ਼ਿਫ ਜ਼ਮੀਰ ਨੇ ਜੋ ਵੀ ਕੰਮ ਕੀਤਾ ਹੈ ਉਹ ਪਾਕਿਸਤਾਨ ਵਾਸਤੇ ਬਿਲਕੁਲ ਅੱਛਾ ਨਹੀਂ ਕੀਤਾ, ਕਿ ਉਹਨੇ ਇੱਕ ਫਰਾਡ ਕੀਤਾ ਹੈ ਪਾਕਿਸਤਾਨ ਦੀ, ਜਿਹੜਾ ਮਿਹਨਤ ਜਿਹੜੀ ਉਹ ਨੀਚੇ ਗਿਰੀ ਹੈ। ਠੀਕ ਹੈ, ਉਹਨੇ ਅਰਤਗੁਲ ਨੂੰ, ਇੰਨੇ ਵੱਡੇ ਐਕਟਰ ਨੂੰ ਪਾਕਿਸਤਾਨ 'ਚ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਡਰਾਮਾ, ਉਹਨੂੰ ਬੁਲਾ ਕੇ ਉਹਦੇ ਨਾਲ ਫਰਾਡ ਕੀਤਾ, ਉਹਨੇ ਬਿਲਕੁਲ ਇੰਤਹਾ ਜ਼ਿਆਦਾ ਕੀਤੀ ਹੈ ਪਾਕਿਸਤਾਨੀਆਂ ਨਾਲ ਵੀ, ਖੁਦ ਨਾਲ ਵੀ। ਲੋ ਜਨਾਬ, ਇਹ ਮੇਰਾ ਵੀਰ ਦੱਸੇਗਾ ਕਾਸ਼ਿਫ ਜ਼ਮੀਰ ਨੇ ਕੀ ਕੀਤਾ ਹੈ। ਕੌਣ ਉਹ ਜਿਹੜਾ ਗੱਲ 'ਚ ਸੋਨਾ ਪਾ ਕੇ ਫਿਰਦਾ ਹੈ? ਮੈਨੂੰ ਨਹੀਂ ਪਤਾ, ਮੈਂ ਟਿਕਟੋਕ ਯੂਜ਼ ਹੀ ਨਹੀਂ ਕਰਦਾ। ਲੋ ਨਾਜ਼ਰੀਨ, ਅਸੀਂ ਉਹ ਬਿੱਲੀ ਫੜ ਲਈਏ ਜਿਹੜੀ ਖੁੱਡੇ 'ਚ ਵੜ ਕੇ ਲੋਕਾਂ ਦੇ ਕਬੂਤਰ ਖਾ ਜਾਂਦੀ ਹੈ। ਉਹ ਅੱਗੇ ਚੱਲੀਏ। ਹੁਣ ਤੁਸੀਂ ਕੀ ਕਹਿੰਦੇ ਜੀ? ਹੁਣ ਉਹ ਤਾਂ ਕੀ ਕਹਿ ਸਕਦੇ ਅਸੀਂ ਉਹਦੇ ਬਾਰੇ 'ਚ, ਹਰਕਤ ਉਹਨੂੰ ਭੁਗਤੇਗਾ ਜੋ ਉਹਨੇ ਕੀਤਾ। ਲੋਕਾਂ ਸਾਹਮਣੇ ਤਾਂ ਵੱਡਾ ਦਿਖਾਉਂਦਾ ਸੀ ਨਾ ਕਿ ਮੇਰੇ ਤੋਂ ਵੱਡਾ ਕੋਈ ਹੈ ਹੀ ਨਹੀਂਗਾ, ਮੈਂ ਡੋਨ, ਮੈਂ ਇਸ ਤਰ੍ਹਾਂ, ਮੈਂ ਇਸ ਤਰ੍ਹਾਂ। ਹੁਣ ਜਦੋਂ ਦੇਖਿਆ ਹੁਣ ਲੱਗੇਗਾ ਪਤਾ ਨਾ ਕਿਹਨੂੰ ਬੁਲਾਉਂਦਾ ਹੁਣ ਬਾਹਰੋਂ। ਹੁਣ ਅਰਤਗੁਲ ਆਏਗਾ ਉਹਨੂੰ ਛੁਡਾਉਣ ਵਾਸਤੇ, ਹੁਣ ਉਹਦੀ ਜੰਗ ਹੋਏਗੀ ਇੱਥੇ ਫਿਰ। ਮੈਂ ਕਿਹਾ ਘਰ 'ਚ ਫਾਲਸਾ ਲੈ ਕੇ ਆਓ, ਉਹਦਾ ਜੂਸ ਬਣਾਓ, ਉਹਦੇ ਬਾਅਦ ਤੁਸੀਂ ਪੌਣੀ 'ਤੇ ਰੱਖ ਕੇ ਜਦੋਂ ਵੇਖਦੇ ਜੇ ਅਤੇ ਆਖਰ 'ਤੇ ਇਹੋ ਜਿਹੇ ਵੀ ਰਹਿ ਜਾਂਦੇ ਨੇ ਜਿਹਨੂੰ ਪੌਣੀ ਨਾਲ ਸਾਈਡ 'ਤੇ ਸੁੱਟੀ ਦਿੰਦਾ। ਇਹ ਕੀ ਕਹਿੰਦਾ ਜੀ? ਨਾ ਉਹ ਹੈ ਹੀ 2 ਨੰਬਰ ਕੰਮ, ਕੰਮ ਹੀ 2 ਨੰਬਰ, ਸਿਸਟਾ ਸਿੱਧਾ 2 ਨੰਬਰ ਕਰਦਾ ਹੈਗਾ, ਸੋਨਾ ਵੀ 2 ਨੰਬਰ ਅਤੇ ਚੈੱਕ ਵੀ 2 ਨੰਬਰ, ਇਹਨੇ ਕਿਹੜੀ ਗੱਲ ਹੈ? ਬੰਦੇ ਨੂੰ ਹਿੱਟ ਹੋਣ ਵਾਸਤੇ 2 ਨੰਬਰ ਹੀ ਕਰਨੀ ਪੈਂਦੀ ਹੈ। ਅੱਛਾ, ਯਾਨੀ ਸਾਰਾ ਕੰਮ 2 ਨੰਬਰ? ਲੈ, ਸਾਰਾ ਕੰਮ ਹੀ 2 ਨੰਬਰ। ਅੱਛਾ, ਇਹ ਦੱਸੋ ਮੈਨੂੰ ਕਿ ਜਿਹੜਾ 4 ਦਾ ਮਰਤਬਾਨ ਹੁੰਦਾ ਹੈ ਉਹਦੇ 'ਚ ਕਿਹੜੀ ਕਿਹੜੀ ਕਿਸਮ ਦਾ 4 ਹੁੰਦਾ ਹੈ? ਤੁਹਾਨੂੰ ਨਹੀਂ ਪਤਾ? ਨਹੀਂ। ਅੰਬ ਦਾ ਹੁੰਦਾ ਹੈ। ਅੰਬ ਦਾ? ਹਾਂ, ਉਸ ਇਲਾਵਾ ਲਿੰਬੂ ਦਾ ਵੀ ਹੁੰਦਾ ਹੈ। ਲਿੰਬੂ ਦਾ? ਮਿਰਚਾਂ ਵੀ ਹੁੰਦੀਆਂ ਇਹਦੇ 'ਚ। ਮਿਰਚਾਂ? ਹਾਂ, ਸੂੜਾ ਵੀ ਹੁੰਦਾ ਜੀ। ਅੱਛਾ, ਲਸੂੜੇ ਦਾ? ਆਹੋ। ਲੋ ਜਨਾਬ, ਉਸ ਲਸੂੜੇ ਦੀ ਗਿੱਟੀ ਕਿਵਰ ਕੰਮ ਹੋਇਆ ਤੁਹਾਡਾ। ਸਾਡੇ ਨਾਲ ਇੱਕ ਦੋਸਤ ਮੌਜੂਦ ਹੈ ਜਿਹੜਾ ਹੁਣੇ ਮੀ ਹਸਪੀਟਲ ਤੋਂ ਡ੍ਰਿਪ ਲਵਾ ਕੇ ਆਇਆ, ਇਹਦੇ ਕੋਲ ਪੁੱਛਣੇ ਆ ਕਿ ਕਾਸ਼ਿਫ ਜ਼ਮੀਰ ਦੇ ਬਾਰੇ 'ਚ ਕੀ ਕਹਿੰਦਾ। ਦੇਖੇ, ਕਾਸ਼ਿਫ ਜ਼ਮੀਰ ਨੇ ਜੋ ਕਿਹਾ ਕਿ ਉਹ ਪਾਕਿਸਤਾਨ ਦਾ ਨਾਮ ਬਦਨਾਮ ਕੀਆ,
देखें अर्तुगरुल ड्रामा देखें तो हमें पता चलता है कि इंसान के अंदर ईमान किस हद तक है, मगर उसने जो काम किया उससे यही पता चलता है कि पाकिस्तानी अवाम बेईमान है, ठीक है, और तुर्की की नज़र में पाकिस्तानी अवाम अब कोई ईमानदार नहीं रही। लो नाजरीन एहो जिहा भरा नाई कोल जांदा शेव करवाण वास्ते ते टक लवा के घर आ जांदा। काशिप ज़मीर की बारे में क्या कहते हैं? जी सर, पहले नंबर पे तो ये है कि जो इसने काम किया है वो बहुत गलत काम किया है, उसमें पाकिस्तान का इमेज उसने बहुत ख़राब किया है। अब आप देखें कि ये अर्तुगरुल गाजी जो है पूरी दुनिया में इसका एक इमेज है। फर्स्ट ऑफ ऑल तो ये किसी कंट्री में जल्दी जाता नहीं है, अगर वो पाकिस्तान के नाम से अगर आ गया है तो इन्होंने उसके साथ भी बहुत बड़ा चीट किया है, ये बहुत गलत किया है उन्होंने। लो नाजरीन ए मेरा एडक प्यारा मासूम भरा है, लोग नहर च छलांगा मारते हैं तो मेरे इस सोहने वीर ने अंडर पास छलांग मार दी जो अपनी लत्तां जख्मी करवा लिया। लो नाजरीन असी लोगों को पूछा तो हर बंदे ने कोई गल कही कि पाकिस्तान के इमेज नूं खराब नहीं करना चाहिए। काशिप ज़मीर ने जिहड़ा एंगन अल्तान दे नाल धोखा किया ध्रोह किया भैड़ी गल है, पाकिस्तान के इमेज नूं खराब किया है, सानू धोखा ते फराड तो दूर रहना चाहिए। तो मैं क्या इस चैनल में लाइक तो सबसक्राइब करते रहना तो जानू बाबा तुहानू दोबारा मिलेगा मस्करियां चैनल ते। खैर होवे।